ਇਹ ਜਿਹੜੀ ਜਗ੍ਹਾ ਤੇ ਆਪਾਂ ਆ ਗਏ ਨਾ, ਵਾਕਈ ਯਾਰ ਇਹ ਸਵਰਗ ਆ ਵਾਲਾ। ਇਹ ਜਾਣੀ ਐਂਡ ਤੇ ਅਸੀਂ ਆਏ ਹਾਂ ਸਾਰਿਆਂ ਨੂੰ, ਪਰ ਸੋਹਣੀ ਵਾਕਈ ਬਹੁਤ ਜਗ੍ਹਾ ਯਾਰ। ਹੁਣ ਆਪਾਂ ਵੀ ਇੱਥੇ ਪਹੁੰਚ ਗਏ ਉੱਪਰ ਐਂਡ ਤੇ, ਬਿਲਕੁਲ ਇੱਧਰਲੇ ਪਾਸੇ ਜਾਣੀ ਖੱਡ ਆ ਗਈ ਆ। ਚੱਲ ਬਾਈ ਚਲੋ, ਵੈਰੀ ਗੁੱਡ, ਆਊਟ ਹੋਣਾ ਚਾਹੀਏ ਬੰਦਾ। ਮੌਸਮ ਹੋ ਗਿਆ ਖਰਾਬ, ਨਹੀਂ ਤਾਂ ਬਹੁਤ ਸੋਹਣਾ ਪ੍ਰੋਗਰਾਮ ਬਣਨਾ ਸੀ। ਅਸੀਂ ਉੱਥੇ ਪਿਕਨਿਕ ਕਰਨੀ ਸੀਗੀ, ਘਾਹ ਦੇ ਕਹਿੰਦੇ ਵੱਡੇ ਵੱਡੇ ਮੈਦਾਨ ਨੇ ਉਹ ਦੇਖਣੇ ਸੀਗੇ, ਤੇ ਹੁਣ ਚਲੋ ਕੋਈ ਗੱਲ ਨੀ, ਫਿਰ ਵੀ ਅਸੀਂ ਆਈ ਗਏ, ਦੇਖਾਂਗੇ ਤਾਂ ਜ਼ਰੂਰ। ਮੀਂਹ ਪੈਂਦਾ ਜਿੰਨਾ ਕੁ ਦੇਖਾਂਗੇ ਓਨਾ ਕੁ, ਚਲੋ ਜੇ ਜ਼ਿਆਦਾ ਮੀਂਹ ਹੋਇਆ ਫਿਰ ਅਸੀਂ ਵਾਪਸ ਚਲੇ ਜਾਵਾਂਗੇ, ਨਹੀਂ ਤਾਂ ਦੇਖ ਲਾਂਗੇ। ਆਪਾਂ ਇੱਧਰੋਂ ਆਏ ਜੀ, ਆਹ ਸੜਕ ਆ ਜਿਹੜੀ ਛੋਟੀ ਆ ਪਰ ਸੜਕ ਥੋੜ੍ਹੀ ਜੀ, ਅਤੇ ਇੱਧਰ ਡੰਗਰ ਪਸ਼ੂ ਉੱਪਰ ਕਹਿੰਦੇ ਘੁੰਮਣ ਗਏ ਹੋਏ ਸੀਗੇ, ਉੱਪਰ ਆ ਮੈਦਾਨ ਪੰਚਮ ਪਥਰੀ। ਉੱਦਣ ਆਪਾਂ ਗਏ ਸੀ ਦੂਧ ਪਥਰੀ ਜਗ੍ਹਾ ਸੀਗੀ ਜਿਹਦਾ ਨਾਮ, ਅਤੇ ਇਹ ਕਹਿੰਦਾ ਵੀ ਉਹੋ ਜਿਹੀ ਆ, ਕਹਿੰਦਾ ਉਦੋਂ ਵਧੀਆ, ਨਾਲੇ ਘਰ ਦੇ ਇਹਦੇ ਬਿਲਕੁਲ ਕੋਲੇ ਆ। ਅਤੇ ਹੁਣ ਆਪਾਂ ਦੇਖਦੇ ਹਾਂ ਚੱਲ ਕੇ ਵੀ ਕਿਹੋ ਜਿਹੇ ਮੈਦਾਨ ਨੇ। ਡੰਗਰ ਹਲੇ ਉੱਪਰੋਂ ਆਈ ਜਾਂਦੇ, ਕਾਫੀ ਗਾਵਾਂ ਨੇ, ਇਹ ਚਰਾਉਣ ਲੈ ਕੇ ਗਏ ਸੀਗੇ, ਉੱਪਰ ਘਾਹ ਦੇ ਮੈਦਾਨ ਨੇ, ਉਹ ਚੈੱਕ ਕਰਦੇ ਹਾਂ ਚੱਲ ਕੇ, ਨਾਲੇ ਦਿਖਾਉਂਦੇ ਹਾਂ ਤੁਹਾਨੂੰ। ਥੋੜ੍ਹੀ ਜਿਹੀ ਟਰੈਕਿੰਗ ਕਰਕੇ ਆਉਣਾ ਪੈਂਦਾ, ਬਿਲਕੁਲ ਥੋੜ੍ਹੀ ਜਿਹੀ, ਜਿਵੇਂ ਕਹਿ ਲਓ 500 ਮੀਟਰ ਵੀ ਨਹੀਂ ਹੋਣਾ, 300-400 ਮੀਟਰ ਹੋਊ ਮੈਨੂੰ ਲੱਗਦਾ ਆਈਡੀਆ। ਅਤੇ ਆਹ ਉੱਪਰ ਆ ਗਏ ਆਪਾਂ, ਇੱਥੇ ਹੁਣ ਗਰਾਊਂਡ ਨੇ ਕਹਿੰਦੇ, ਬਹੁਤ ਸੋਹਣੇ, ਗੁਲਮਾਰਗ ਦੁੱਧ ਪੱਥਰੀ ਟਾਈਪ, ਸੋਨਮਾਰਗ ਕਹਿ ਲਓ। ਹਾਂ ਦੇਖੋ ਲੈ, ਬਹੁਤ ਸੋਹਣਾ ਯਾਰ ਜਗ੍ਹਾ। ਪਿੱਛੇ ਇੱਕ ਬੋਰਡ ਲੱਗਿਆ ਹੋਇਆ ਸੀਗਾ, ਉੱਥੇ ਲਿਖਿਆ ਹੋਇਆ ਸੀ ਵੀ ਫੁੱਲਾਂ ਦੀ ਜਿਹੜੀ ਕਈ ਪਤਾ ਨਹੀਂ 7-8 ਕਿਸਮਾਂ ਨੇ, ਉਹ ਇੱਥੇ ਪਾਈਆਂ ਜਾਂਦੀਆਂ ਨੇ, ਨੈਚੁਰਲ ਨੈਚੁਰਲ ਜਿਹੜੇ ਫੁੱਲ ਨੇ ਉਹ ਪਾਏ ਜਾਂਦੇ ਆ। ਉਹ ਹੈਗੇ ਸਾਹਮਣੇ, ਉੱਥੇ ਦੇਖਦੇ ਹਾਂ, ਉਹ ਚਿੱਟੇ ਜਿਹੇ ਫੁੱਲ ਤਾਂ ਦਿਖ ਰਹੇ ਆ, ਬਾਕੀ ਜਿੰਨਾ ਕੁ ਕਵਰ ਕਰ ਹੁੰਦਾ ਆਪਾਂ ਕਵਰ ਕਰਦੇ ਹਾਂ ਇਹਨੂੰ, ਕਾਫੀ ਉੱਚਾ ਲੰਬਾ ਵਾ। ਇਹ ਕਹਿੰਦੇ ਵੀ ਉਹ ਟੌਪ 'ਤੇ, ਬਿਲਕੁਲ ਟੌਪ 'ਤੇ ਪਹਾੜੀ ਦੇ, ਉੱਥੇ ਵੀ ਜਾਇਆ ਜਾਂਦਾ ਟਰੈਕਿੰਗ ਕਰਕੇ, ਅਤੇ ਜਾ ਸਕਦੇ ਸੀਗੇ ਪਰ ਅੱਜ ਸਮਾਂ ਨਹੀਂ ਹੈਗਾ। ਫਿਰ ਦੁਬਾਰਾ ਆਵਾਂਗੇ ਅਤੇ ਇਸ ਚੀਜ਼ ਨੂੰ ਵੀ ਕਵਰ ਕਰਾਂਗੇ, ਟਰੈਕਿੰਗ ਵੀ ਕਰਾਂਗੇ ਆਪਾਂ। ਇਹ ਜਿਹੜੀ ਜਗ੍ਹਾ 'ਤੇ ਆਪਾਂ ਆ ਗਏ ਨਾ, ਵਾਕਈ ਯਾਰ ਇਹ ਸਵਰਗ ਆ ਵਾਲਾ। ਇਹ ਜਾਣੀ ਐਂਡ 'ਤੇ ਅਸੀਂ ਆਏ ਹਾਂ ਸਾਰਿਆਂ ਨੂੰ, ਪਰ ਸੋਹਣੀ ਵਾਕਈ ਬਹੁਤ ਜਗ੍ਹਾ ਯਾਰ, ਕਮਾਲ ਦੀ ਜਗ੍ਹਾ। ਇਹਦੇ ਘਰ ਦੇ ਬਿਲਕੁਲ 6-7 ਕਿਲੋਮੀਟਰ ਆ, ਅੱਜ ਤੱਕ ਇਹਨੇ ਸਾਨੂੰ ਦੱਸਿਆ ਹੀ ਨਹੀਂ ਆ ਵੀ ਇੱਥੇ ਵੀ ਹੈਗੀ ਆ। ਕਈ ਵਾਰੀ ਆ ਗਏ ਆਪਾਂ ਉਰੇ ਪਰ ਇਹਨੇ ਸਾਨੂੰ ਆਹ ਜਗ੍ਹਾ ਹੀ ਨਹੀਂ ਦਿਖਾਈ ਹੈਗੀ, ਬਹੁਤ ਹੀ ਸੋਹਣੀ ਜਗ੍ਹਾ। ਤਾਂ ਬਾਹਲੇ ਵਧੀਆ ਮੈਦਾਨ ਨੇ, ਇੱਥੇ ਆ ਕੇ ਨਾ ਪਿਕਨਿਕ ਵਗੈਰਾ ਕੀਤੀ ਜਾ ਸਕਦੀ ਆ, ਆਪਣਾ ਟੈਂਟ ਲਿਆਓ, ਟੈਂਟ ਲਿਆ ਕੇ ਰਹੋ ਜਿਵੇਂ ਮਰਜ਼ੀ। ਉਹ ਦੇਖੋ ਕਿੰਨੇ ਸੋਹਣੇ ਮੈਦਾਨ ਨੇ, ਬਹੁਤ ਸੋਹਣਾ ਵਿਊ ਬਣਦਾ ਇੱਥੋਂ। ਘੋੜੇ ਹੀ ਬੜੇ ਸੋਹਣੇ ਲੱਗਦੇ ਯਾਰ ਇੱਥੇ ਤਾਂ, ਹੈ ਨਾ, ਐਂ ਚਰਦੇ ਜਿਹੇ ਆ, ਦੇਖੋ ਕਿਵੇਂ ਇੱਕ ਦੂਜੇ ਦੇ ਖਾਜ ਕਰਨ ਲੱਗੇ ਹੋਏ ਆ, ਕਿੰਨੇ ਪਿਆਰੇ ਲੱਗਦੇ ਆ, ਵਾਹ ਵੀ ਵਾਹ, ਬਾਹਲੇ ਸੋਹਣੇ ਵਿਊ ਨੇ। ਅਸੀਂ ਤਾਂ ਯਾਰ ਇੰਨੇ ਦਿਨ ਐਵੇਂ ਟੱਕਰਾਂ ਮਾਰੀ ਗਏ, ਕਦੇ ਉੱਧਰ ਨੂੰ ਗਜਾ ਕਦੇ ਉੱਧਰ ਨੂੰ, ਆ ਯਾਰ ਘਰ ਦੇ ਜਮ੍ਹਾਂ ਕੋਲ 8 ਕਿਲੋਮੀਟਰ ਸਿਰਫ, ਇੰਨਾ ਸੋਹਣਾ ਵਿਊ, ਅਸੀਂ ਤਾਂ ਯਾਰ ਬਹੁਤ ਕੰਮ ਖਰਾਬ ਕਰ ਲਿਆ। ਚਲੋ ਕੋਈ ਨਹੀਂ, ਹੁਣ ਵੀ
ਠੀਕ ਹੀ ਆ, ਅੱਜ ਦੇਖਣ ਨੂੰ ਮਿਲ ਗਿਆ। ਫਿਰ ਹੁਣ ਗਾਹਾਂ ਵਾਸਤੇ ਜਦੋਂ ਆਵਾਂਗੇ ਤਾਂ ਇੱਧਰ ਹੀ ਡੇਰੇ ਲਾਉਣੇ ਆਪਾਂ, ਇੱਥੇ ਆ ਕੇ ਬੈਠਾਂਗੇ, ਵਧੀਆ ਨਜ਼ਾਰੇ ਲਵਾਂਗੇ। ਦੇਖੋ ਯਾਰ ਕਿਆ ਗਰੀਨਰੀ ਆ, ਉਹ ਟੌਪ 'ਤੇ ਜਾਣਾ ਜਾਣਾ ਹੁਣ ਇੱਕ ਨਾ ਇੱਕ ਦਿਨ, ਉਹ ਟੌਪ 'ਤੇ ਜਾ ਕੇ ਘੁੰਮ ਕੇ ਆਉਣਾ, ਉਹ ਬਿਲਕੁਲ ਟੌਪ 'ਤੇ। ਹੁਣ ਆਪਾਂ ਵੀ ਇੱਥੇ ਪਹੁੰਚ ਗਏ ਉੱਪਰ ਐਂਡ 'ਤੇ, ਬਿਲਕੁਲ ਇੱਧਰਲੇ ਪਾਸੇ ਜਾਣੀ ਖੱਡ ਆ ਗਈ ਆ, ਅਤੇ ਉਹ ਪਰਿਓਂ ਆਏ ਹਾਂ ਆਪਾਂ, ਉਧਰੋਂ ਕਾਫੀ ਦੂਰੋਂ ਆਏ ਹਾਂ, ਅਤੇ ਹੌਲੀ ਹੌਲੀ ਚੱਲ ਰਹੇ ਸੀ। ਇੱਧਰ ਇਹਨਾਂ ਦੇ ਮਕਾਨ ਨੇ ਬਣੇ ਹੋਏ, ਆਪਣੇ ਗੁੱਜਰ ਵੀਰ ਨੇ ਜਿਹੜੇ, ਉਹਨਾਂ ਦੇ ਮਕਾਨ ਨੇ, ਅਤੇ ਇੱਧਰ ਨਾਲ ਹੀ ਕ੍ਰਿਕਟ ਚੱਲਦੀ ਹੈ। ਕ੍ਰਿਕਟ ਦਾ ਸ਼ੌਕ ਬਹੁਤ ਆ ਕਸ਼ਮੀਰ ਦੇ ਵਿੱਚ, ਅਤੇ ਕ੍ਰਿਕਟ ਬਹੁਤ ਖੇਡਦੇ ਆ। ਇਹਨਾਂ ਨੇ ਪਿੱਚ ਬਣਾ ਲਈ, ਅਤੇ ਆਹ ਖੁੰਡ ਜਿਹਾ ਜਿਹੜਾ ਇਹਨੂੰ, ਉਹ ਵੈਰੀ ਗੁੱਡ ਛੱਕਾ ਲਾਇਆ ਵੀ ਮੁੰਡੇ ਨੇ, ਹੈ ਨਾ, ਉਹ ਬਣਾ ਲਈਆਂ ਵਿਕਟਾਂ, ਠੀਕ ਹੈ। ਲੱਕੜੀ ਲਿਆ ਕੇ ਚੱਕੀ ਨਾਲੇ ਵਿੱਚ ਵਾਲ ਵੂਲ ਲੈਂਦੇ ਹੋਣਗੇ, ਅੱਗ ਉੱਗ ਵੀ ਲਾ ਦਿੰਦੇ ਹੋਣਗੇ ਕਿ ਚੱਲ ਵੀ ਸੇਕ ਲਓ। ਅਤੇ ਉਹ ਬੈਟਸਮੈਨ ਉੱਧਰ ਚਲਿਆ ਗਿਆ, ਛੱਕਾ ਮਾਰਦਾ ਉਹਨੇ, ਉਹ ਬਾਲ ਲਈ ਆਉਂਦਾ, ਇਹ ਉਹ ਆ ਗਿਆ। ਹੁਣ ਆਪਾਂ ਇੱਕ ਬਾਲ ਦਿਖਾਉਂਦੇ ਹਾਂ, ਉਹ ਬਾਲ ਪਾਊਗਾ, ਦੇਖਦੇ ਹਾਂ ਕੀ ਕਰਦਾ, ਠੀਕ ਹੈ ਜੀ। ਚੱਲ ਬਈ ਦੇਖਦੇ ਹਾਂ ਕਿਆ ਕਰਤਾ, ਜੇ ਛੱਕਾ ਲਗਾਏਗਾ ਕਿਉਂ, ਚੱਲ ਵੀ ਕਿਉਂ, ਵੈਰੀ ਗੁੱਡ ਵੈਰੀ ਗੁੱਡ, ਓ ਨੋ, ਚੱਲ ਬਈ ਚਲੋ, ਵੈਰੀ ਗੁੱਡ, ਆਊਟ ਹੋਣਾ ਚਾਹੀਦਾ ਬੰਦਾ, ਓ ਹੋ ਹੋ ਹੋ, ਹਾਂ ਨੇ ਇਹਨਾਂ ਦੇ ਉੱਪਰ ਘਰ ਬਣੇ ਹੋਏ ਜੀ, ਅਤੇ ਇੱਥੇ ਹੀ ਰਹਿੰਦੇ ਨੇ, ਉੱਧਰ ਵੀ ਹੈਗੇ ਪਰੇ ਇੱਕ ਦੋ, ਅਤੇ ਇਹਦੇ ਪਿਛਲੇ ਪਾਸੇ ਵੀ ਇੱਕ, ਮੈਂ ਥੋੜ੍ਹਾ ਇੱਧਰ ਨੂੰ ਹੁੰਦਾ ਤੁਹਾਨੂੰ ਦਿਖਾਉਣਾ ਇੱਕ ਮਿੰਟ, ਉਹ ਪਿੱਛੇ ਇੱਕ ਹੋਰ ਦੀਂਦਾ ਘਰ, ਉਹ ਸੀਗਾ ਘਰ, ਅਤੇ ਭੇਡਾਂ ਬੱਕਰੀਆਂ ਵਗੈਰਾ ਰੱਖੀਆਂ ਹੋਈਆਂ ਨੇ, ਗਾਵਾਂ ਮੱਝਾਂ, ਅਤੇ ਇੱਧਰ ਇਹ ਚਾਰਦੇ ਆ। ਬਹੁਤ ਸੋਹਣਾ ਵਧੀਆ ਮਾਹੌਲ ਆ, ਬਹੁਤ ਵਧੀਆ ਮੌਸਮ, ਮੌਸਮ ਵੀ ਹੁਣ ਫਿਰ ਦੁਬਾਰਾ ਸੁਹਾਣਾ ਹੋ ਗਿਆ, ਬੱਦਲ ਹੋ ਗਿਆ, ਅਤੇ ਦੇਖਦੇ ਹਾਂ ਹੁਣ ਚੱਲੀਏ ਆਪਾਂ, ਕਿਤੇ ਮੀਂਹ ਨਾ ਪੈਣ ਲੱਗ ਜਾਵੇ। ਲਓ ਜੀ ਹੁਣ ਆਪਾਂ, ਮੌਸਮ ਵੀ ਖਰਾਬ ਹੋ ਚੱਲਿਆ, ਦੇਖੋ ਬੱਦਲ ਆ ਗਏ ਉੱਧਰ, ਅਤੇ ਘਰ ਨੂੰ ਵਾਪਸ ਚੱਲੇ ਹਾਂ। ਚਲੋ ਬਾਹਲੀ ਦੂਰ ਤਾਂ ਆਪਾਂ ਜਾਣਾ ਨਹੀਂ, 8 ਕਿਲੋਮੀਟਰ ਜਾਣਾ ਵਾ, ਅਤੇ ਹੁਣ ਆਪਾਂ ਵੀਡੀਓ ਨੂੰ, ਇਸ ਵਲੌਗ ਨੂੰ ਇੱਥੇ ਹੀ ਖਤਮ ਕਰਨ ਲੱਗੇ ਹਾਂ, ਅਤੇ ਜਿਹੜੇ ਕਸ਼ਮੀਰ ਫਾਈਲਸ ਆ, ਹੋ ਸਕਦਾ ਇਹ ਉਹਦਾ ਆਖਰੀ ਵਲੌਗ ਹੀ ਹੋਵੇ। ਜੇ ਆਪਾਂ ਇੱਥੇ ਇੱਕ ਅੱਧਾ ਦਿਨ ਰੁਕੇ ਤਾਂ ਹੋ ਸਕਦਾ ਕੱਲ੍ਹ ਤੋਂ ਅਸੀਂ ਕੱਲ੍ਹ ਇੱਥੇ ਦੁਬਾਰਾ ਆਈਏ, ਪਰ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਹੀ ਬਣ ਪਵੇ ਉਹ, ਜੇ ਨਾ ਬਣਿਆ ਤਾਂ ਇਸ ਨੂੰ ਅਖੀਰ ਵਲੌਗ ਇਸ ਕਸ਼ਮੀਰ ਫਾਈਲ ਦਾ ਸਮਝਿਓ, ਅਤੇ ਚੈਨਲ ਆ ਜਿਹੜਾ ਮੇਰਾ ਉਹਨੂੰ ਸਬਸਕ੍ਰਾਈਬ ਕਰ ਲਿਓ, ਜਿਹੜੇ ਨਵੇਂ ਜੁੜੇ ਹੋਏ ਆ, ਜਿਨ੍ਹਾਂ ਨੇ ਪਹਿਲਾਂ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਵੀਡੀਓ ਲਾਈਕ ਕਰ ਦਿਓ, ਠੀਕ ਹੈ ਜੀ। ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਨੇ ਕਿੱਦਾਂ ਦੀਆਂ ਲੱਗੀਆਂ, ਵਧੀਆ ਲੱਗੀਆਂ ਕਿ ਨਹੀਂ, ਜੋ ਵੀ ਇਹਦੇ ਵਿੱਚ ਸੁਜੈਸ਼ਨ ਹੋਰ ਚਾਹੀਦਾ, ਤੁਹਾਨੂੰ ਕੋਈ ਗੱਲ ਕਹਿਣੀ ਚਾਹੁੰਦੇ ਹੋ ਉਹ ਜ਼ਰੂਰ ਦੱਸਿਓ, ਠੀਕ ਹੈ। ਇਹ ਜਿਹੜੀ ਜਗ੍ਹਾ ਇਹ ਬਹੁਤ ਹੀ ਰਿਮੋਟ ਆ, ਇੱਧਰ ਬਹੁਤ ਘੱਟ ਲੋਕ ਆਉਂਦੇ ਆ, ਬਹੁਤ ਘੱਟ, ਇੱਥੇ ਲੋਕਲ ਤਾਂ ਆ ਜਾਂਦੇ ਆ, ਫਿਰ ਵੀ ਟੂਰਿਸਟ ਤਾਂ ਹੈ ਹੀ ਨਹੀਂ ਗਾ। ਜੇ ਤੁਸੀਂ ਦੇਖਣਾ ਚਾਹੁੰਦੇ ਹੋ ਮੈਨੂੰ ਕਮੈਂਟ ਕਰ ਦਿਓ, ਮੈਂ ਤੁਹਾਨੂੰ ਸਾਰਾ ਕੁਝ ਦੱਸ ਦੂੰ ਵੀ ਕਿੱਥੇ ਕਿੱਥੇ ਪੈਂਦੀ ਆ। ਜੇ ਤੁਸੀਂ ਇਸ ਮੇਰੇ ਦੋਸਤ ਦੇ ਘਰ ਆ ਕੇ ਵੀ ਰਹਿਣਾ ਚਾਹੁੰਦੇ ਹੋ ਤਾਂ ਇਹਦੇ ਘਰ ਆ ਕੇ ਵੀ ਰਹਿ ਸਕਦੇ ਹੋ, ਜੋ ਤੁਹਾਡਾ ਮਨ ਹੋਊਗਾ ਇਹਨਾਂ ਨੂੰ ਪੇ ਵੀ ਕਰ ਸਕਦੇ ਹੋ, ਠੀਕ ਹੈ। ਕਿਉਂਕਿ ਇਹਦੇ ਘਰ ਤੋਂ ਸਿਰਫ 8 ਕਿਲੋਮੀਟਰ ਦੂਰ ਆ, ਇੱਥੋਂ ਦੋ ਚੀਜ਼ਾਂ ਬਹੁਤ ਵਧੀਆ ਦੇਖੀਆਂ ਜਾ ਸਕਦੀਆਂ ਨੇ, ਇੱਕ ਅਹਿਰਵਲ ਅਤੇ ਇੱਕ ਆਪਣਾ ਜਿਹੜਾ ਇਹ ਹੈਗਾ ਮੈਦਾਨ, ਇਹਨੂੰ ਕੀ ਕਹਿੰਦੇ ਸੀ, ਪੰਚਮ ਪਥਰੀ ਇਹ ਜਿਹੜੀ ਮੈਦਾਨ ਆ, ਇਹ ਚੀਜ਼ਾਂ ਨੇ ਜਿਹੜੀਆਂ ਦੋ, ਇਸ ਤਰ੍ਹਾਂ ਦੇ ਫੁੱਲ ਨੇ ਜੀ ਇੱਥੇ ਲੱਗੇ ਹੋਏ, ਤਾਂ ਹੀ ਇਹਨੂੰ ਮਤਲਬ ਕਿ ਉਹ ਇੱਕ ਤਰ੍ਹਾਂ ਦੀ ਫੁੱਲਾਂ ਦੀ ਘਾਟੀ ਵੀ ਕਿਹਾ ਜਾ ਸਕਦਾ ਵਾ, ਕਈ ਨੇ ਇਹ ਕਿਸਮਾਂ, ਇਹ ਜਾਣੀ ਜ਼ਿਆਦਾ ਵਾ ਇੱਥੇ, ਅਤੇ ਬਾਕੀ ਹਲੇ ਹੋਰ ਫੁੱਲ ਨਿਕਲੇ ਨਹੀਂ ਹੈਗੇ,
ਉਹ ਵੀ ਨਿਕਲਣ ਗਏ ਉੱਥੇ, ਉਹਨਾਂ ਨੇ 5-7 ਫੁੱਲਾਂ ਦੇ ਨਾਮ ਲਿਖੇ ਹੋਏ ਸੀ, ਆਪਾਂ ਉਹ ਬੋਰਡ ਦੀ ਵੀਡੀਓ ਬਣਾਉਂਦੇ ਹਾਂ ਅਤੇ ਜਾ ਕੇ ਫਿਰ ਉੱਥੇ ਆਪਾਂ ਪੜ੍ਹ ਸਕਦੇ ਹਾਂ ਵੀ ਕੀ ਆ। ਆਹ ਬੋਰਡ ਲੱਗਿਆ ਜੀ ਇੱਥੇ, ਯੂ ਆਰ ਇਨ ਦਾ ਲੈਪ ਆਫ ਹਿਮਾਲੀਅਨ ਮੋਸਟ ਟੈਂਪਰੇਟ ਫੋਰੈਸਟ ਫਲੋਰਲ ਡਾਇਵਰਸਿਟੀ। ਇਹਨੇ 8 ਤਰ੍ਹਾਂ ਦੇ ਫੁੱਲ ਲਿਖੇ ਹੋਏ ਆ, ਜੰਮੂ ਐਂਡ ਕਸ਼ਮੀਰ ਥੱਲੇ ਲਿਖਿਆ ਫੋਰੈਸਟ ਡਿਪਾਰਟਮੈਂਟ ਅਤੇ ਫੋਰਨ ਡਿਵੀਜ਼ਨ ਕੁਲਗਾਓਂ। ਇਸ ਜਗ੍ਹਾ 'ਤੇ ਤੁਸੀਂ ਆ ਕੇ ਇਹ ਫੁੱਲਾਂ ਦਾ ਨਜ਼ਾਰਾ ਲੈ ਸਕਦੇ ਹੋ। ਹਲੇ ਇੱਕ ਫੁੱਲ ਤਰ੍ਹਾਂ ਦੇ ਫੁੱਲ ਸੀਗੇ, ਹੁਣ ਮੈਨੂੰ ਇਹਨਾਂ ਵਿੱਚ ਪਤਾ ਨਹੀਂ ਹੈ ਉਹ ਕਿਹੜੇ ਹੈਗਾ ਕਿਸਮ ਦਾ ਹੈਗਾ ਸੀਗਾ, ਬਾਕੀ ਇਹ ਜਾਣੀ 8 ਤਰ੍ਹਾਂ ਦੇ ਇੱਥੇ ਫੁੱਲ ਪਾਏ ਜਾਂਦੇ ਆ। ਅੱਜ ਅਸੀਂ ਫਿਰ ਆਏ ਹਾਂ ਕਿਊਮ ਦੇ ਭੂਆ ਜੀ ਦੇ ਘਰ, ਇਹ ਦੂਸਰੇ ਭੂਆ ਜੀ ਆ, ਪਹਿਲਾਂ ਉਹਨਾਂ ਦੇ ਗਏ ਸੀ ਕੁਲਗਾਓਂ, ਅਤੇ ਇਹਨਾਂ ਨੇ ਵੀ ਦੇਖੋ ਕਿੰਨਾ ਕੁਛ ਸਾਡੇ ਮੂਹਰੇ ਰੱਖਤਾ, ਚਾਹ ਦੇ ਨਾਲ ਪਰੌਂਠੇ, ਜਹਾਜ਼ ਵਾਲੇ ਆਪਣੇ ਕਹਿ ਦਿੰਦੇ ਆ ਜਿਵੇਂ, ਇੱਧਰ ਬਿਸਕਿਟ ਹੋ ਗਏ, ਠੀਕ ਹੈ ਜੀ, ਬ੍ਰੈਡ ਹੋ ਗਿਆ, ਕੇਕ ਅਤੇ ਨਮਕੀਨ, ਠੀਕ ਹੈ, ਇਹ ਸਾਰੇ ਬੈਠੇ ਆ, ਅਤੇ ਹੁਣ ਅਸੀਂ ਇਹ ਛਕਣ ਲੱਗੇ ਹਾਂ, ਇੰਨਾ ਇੰਨਾ ਇਤਨਾ ਜ਼ਿਆਦਾ ਥੋੜ੍ਹੀ ਖਾਏਗੇ ਹਾਂ, ਕਿਉਂ ਜੀ ਮਕਸੂਦ ਜੀ, ਚਲੋ ਠੀਕ ਹੈ ਜੀ। ਦੇਖੋ ਜੀ ਅੰਦਰ ਮਸਜਿਦ, ਆਪਾਂ ਪਰਮਿਸ਼ਨ ਲੈ ਕੇ ਆਏ ਸੀ ਇੱਧਰ, ਅਤੇ ਹੁਣ ਤਾਂ ਟਾਈਮ ਨਹੀਂ ਹੈਗਾ, ਕੋਈ ਹੈ ਨਹੀਂ ਗਾ ਇੱਧਰ, ਅਤੇ ਇਸ ਤਰ੍ਹਾਂ ਦਾ ਹੁੰਦਾ। ਉਹ ਸਾਹਮਣੇ ਕਹਿੰਦੇ ਵੀ ਉੱਥੇ ਇਮਾਮ ਜੀ ਬਹਿੰਦੇ ਆ, ਉਹ ਪੌੜੀਆਂ ਨੇ ਜਿਹੜੀਆਂ, ਅਤੇ ਫਿਰ ਉਸ ਤੋਂ ਬਾਅਦ ਇੱਧਰ ਸਾਰੇ ਖੜ ਕੇ ਨਮਾਜ਼ ਅਦਾ ਕਰਦੇ ਆ ਨਾ। ਇਹ ਜੋ ਇਹ ਕੇਕ ਕੇ ਲੀਏ ਹੈ, ਇਹ ਜੋ ਬਣਾ ਹੁਆ ਡਿਜ਼ਾਈਨ ਬਣਾ ਹੁਆ ਹੈ ਨਾ, ਇਸੀ ਇਸੀ ਮੇਂ ਖੜੇ ਹੋਤੇ ਹੈ ਇੱਕ ਗਿਲਾਸ, ਠੀਕ ਹੈ।